ਸਸੇਗਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਪੁਲਟਿਕਲ। ਅੱਜ ਜਿਹੜੀ ਹੈ ਅੰਬੇਦਕਰ ਜਯੰਤੀ ਮਨਾਈ ਜਾ ਰਹੀ ਹੈ, 131ਵਾਂ ਜਿਹੜਾ ਅੰਬੇਦਕਰ ਜਯੰਤੀ ਹੈ। ਮੇਰੇ ਨਾਲ ਜਿਹੜੇ ਸ਼ਰਧਾਂਜਲੀ ਦੇਣ ਲਈ ਲੋਕ ਪਹੁੰਚ ਰਹੇ ਨੇ, ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮੈਮ, ਤੁਸੀਂ ਅੱਜ ਅੰਬੇਦਕਰ ਜਯੰਤੀ ਤੇ ਸ਼ਰਧਾਂਜਲੀ ਦੇਣ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮੂਹ ਭਾਰਤ ਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਵਸ 'ਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਔਰ ਇਹ ਆਸ ਰੱਖਦੇ ਹੈਗੇ ਹਾਂ ਅਸੀਂ ਇੱਕ ਸਮਾਜ ਤੋਂ, ਕਿ ਭਾਰਤ ਦੇ ਸਾਰੇ ਹੀ ਸਮਾਜ ਤੋਂ ਇਹ ਆਸ ਰੱਖਦੇ ਹੈਗੇ ਹਾਂ ਕਿ ਜੋ ਬਾਬਾ ਸਾਹਿਬ ਦਾ ਕੰਟਰੀਬਿਊਸ਼ਨ ਸਾਡੇ ਨੇਸ਼ਨ ਦੇ ਵਾਸਤੇ ਰਿਹਾ ਹੈਗਾ, ਵੈਲਫੇਅਰ ਸਟੇਟ ਦਾ ਉਹਨਾਂ ਨੇ ਜੋ ਵਰਕ ਕੀਤਾ ਹੈਗਾ ਆ, ਉਸ ਚੀਜ਼ ਨੂੰ ਸੈਂਟਰ ਗੌਰਮੈਂਟ ਔਰ ਸਟੇਟ ਗੌਰਮੈਂਟ ਨੂੰ ਨਿਭਾਉਣਾ ਚਾਹੀਦਾ ਹੈਗਾ ਆ। ਅਗਰ ਤੁਸੀਂ ਕੌਂਸਟੀਟਿਊਸ਼ਨ ਦੀ ਉਲੰਘਣਾ ਕਰਦੇ ਹੈਗੇ ਆ ਜਾਂ ਉਸ ਚੀਜ਼ ਨੂੰ ਨਜ਼ਰਅੰਦਾਜ਼ ਕਰਦੇ ਹੈਗੇ ਆ, ਤਾਂ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਤੁਸੀਂ ਨੇਸ਼ਨ ਦੇ ਅਗੇਂਸਟ ਜਾਂ ਉਹਦੀ ਸੋਲ ਦੇ ਅਗੇਂਸਟ ਤੁਸੀਂ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਅਗਰ ਇਸ ਚੀਜ਼ ਨੂੰ ਦੇਖਿਆ ਜਾਵੇ ਕਿ ਅੱਜ ਦਾ ਜੋ ਪ੍ਰੈਜੈਂਟ ਸੀਨੈਰੀਓ ਹੈਗਾ ਆ, ਜੋ ਇਹ ਗੌਰਮੈਂਟਸ ਕਰ ਰਹੀਆਂ ਹੈਗੀਆਂ ਆ, ਅਸੀਂ ਉਹਨਾਂ ਨੂੰ ਸੁਚੇਤ ਕਰਦੇ ਹੈਗੇ ਹਾਂ ਕਿ ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ, ਉਸ ਚੀਜ਼ ਨੂੰ ਬਕਾਇਦਾ ਇੰਪਲੀਮੈਂਟ ਕੀਤਾ ਜਾਵੇ। ਔਰ ਲੋਕਾਂ ਨੂੰ ਅਵੇਅਰ ਕਰਨੇ ਲਈ ਮੈਂ ਇਹ ਰਿਕੁਐਸਟ ਕਰੂੰਗੀ ਕਿ ਉਹ ਅਵੇਅਰ ਹੋਣ ਆਪਣੇ ਰਾਈਟਸ ਵਾਸਤੇ ਵੀ ਔਰ ਡਿਊਟੀਜ਼ ਦੇ ਵਾਸਤੇ ਵੀ। ਜਿੱਥੇ ਰਾਈਟਸ ਹੈਗੇ ਉੱਥੇ ਡਿਊਟੀਜ਼ ਵੀ ਹੈਗੀਆਂ ਆ। ਸੋ ਜੋ ਬਾਬਾ ਸਾਹਿਬ ਨੇ ਸਾਨੂੰ ਰਾਹ ਦਰਸਾਇਆ ਹੈਗਾ ਸਮਾਜ ਦੇ ਵਿੱਚ, ਇੱਕੋ ਵਰਗ ਦੇ ਨਾਲ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਹੈਗਾ ਕਿ ਇੱਕੋ ਵਰਗ ਨੂੰ ਹੀ ਕੁਛ ਦਿੱਤਾ, ਉਹਨਾਂ ਨੇ ਪੂਰੇ ਦੇ ਪੂਰੇ ਭਾਰਤ ਵਾਸੀਆਂ ਦੇ ਲਈ ਸਾਰਾ ਕੁਛ ਪ੍ਰੋਵਾਈਡ ਕੀਤਾ ਹੈਗਾ ਆ। ਸੋ ਇਸ ਚੀਜ਼ ਨੂੰ ਹਰੇਕ ਉਹਨਾਂ ਨੇ ਹਰੇਕ ਇੰਡੀਅਨ ਨੂੰ ਔਰ ਸਪੈਸ਼ਲੀ ਜੋ ਉਹਨਾਂ ਨੇ ਆਪਣੇ ਉਹਦੇ ਵਿੱਚ ਕੀਤਾ ਹੈਗਾ ਆ, ਆਪਣੇ ਵਿਮੈਨ ਦੀ ਵੈਲਫੇਅਰ ਦੇ ਵਾਸਤੇ ਕੀਤਾ ਹੈਗਾ ਆ, ਸੋ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਜਿਹੜੀ ਇੰਡੀਅਨ ਵੂਮੈਨ ਹੈਗੀ ਆ, ਅਸੀਂ ਉਹਨਾਂ ਦਾ ਆਭਾਰ ਵਿਅਕਤ ਕਰਦੇ ਹੈਗੇ ਹਾਂ ਕਿ ਅੱਜ ਅਗਰ ਅਸੀਂ ਕੁਛ ਹੈਗੇ ਹਾਂ ਤਾਂ ਅਸੀਂ ਉਹਨਾਂ ਦੀ ਹੀ ਬਦੌਲਤ ਹੈਗੇ ਹਾਂ। ਅੱਜ ਤੁਸੀਂ ਡਾਕਟਰ ਬੀ ਆਰ ਅੰਬੇਦਕਰ ਨੂੰ ਜਿਹੜੇ ਸ਼ਰਧਾਂਜਲੀ ਭੇਟ ਕਰਨ ਆਏ ਹੋ, 131ਵਾਂ ਜਿਹੜਾ ਅੰਬੇਦਕਰ ਜਯੰਤੀ ਹੈ ਇਸ ਸਮੇਂ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਮੈਂ ਸਾਰੇ ਹੀ ਸਮੂਹ ਸੰਗਤ ਨੂੰ, ਸਮੂਹ ਪੰਜਾਬ ਨਿਵਾਸੀਆਂ ਨੂੰ ਡਾਕਟਰ ਭੀਮ ਰਾਵ ਅੰਬੇਦਕਰ ਜੀ ਦੇ ਜਨਮ ਦਿਨ ਦੀ ਹਾਰਦਿਕ ਵਧਾਈ ਦਿੰਦਾ ਹਾਂ। ਤੁਹਾਡੇ ਚੈਨਲ ਦੇ ਥਰੂ ਰੂਬਰੂ ਹੋਏ ਹਾਂ ਸਾਰੇ ਸਾਥੀਆਂ ਦੇ ਨਾਲ, ਅਤੇ ਮੈਸੇਜ ਇਹ ਦੇਣਾ ਚਾਹੁੰਦਾ ਕਿ ਜੋ ਡਾਕਟਰ ਅੰਬੇਦਕਰ ਜੀ ਸੋਚਦੇ ਸੀ ਜਾਂ ਉਹਨਾਂ ਦਾ ਸੁਪਨਾ ਸੀ, ਅਗਰ ਉਹ ਸਾਰੇ ਅਸੀਂ ਪੂਰਾ ਨਹੀਂ ਕਰ ਪਾ ਰਹੇ ਤਾਂ ਮੈਨੂੰ ਲੱਗਦਾ ਕਿ ਸਾਡੇ 'ਚ ਕਿਤੇ ਕਮੀ ਹੈ। ਡਾਕਟਰ ਸਾਹਿਬ ਦੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਵਿੱਚ ਕੋਈ ਕਮੀ ਨਹੀਂ ਹੈ। ਅੱਜ ਸ਼ਰਧਾਂਜਲੀ ਦੇਣ ਪਹੁੰਚੋ, ਕਿਵੇਂ ਦੇਖ ਰਹੇ ਹੋ? ਉਹਨਾਂ ਨੇ ਸਾਨੂੰ ਸਾਰਿਆਂ ਨੂੰ ਜਿਹੜੀ ਮਿਲ ਜੁਲ ਕੇ ਕੰਮ ਕਰਨ ਦੀ ਜਿਹੜੀ ਪ੍ਰੇਰਣਾ ਦਿੱਤੀ ਸੀਗੀ, ਚੂਹਾ ਛਾਤ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਸੀ, ਕਿਸ ਤਰ੍ਹਾਂ ਦੇਖਦੇ ਹੋ ਉਸ 'ਚ? ਸਭ ਨਾਲੋਂ ਪਹਿਲੇ ਮੈਂ ਸਾਰੀ ਹੀ ਸੰਗਤ ਨੂੰ ਬਾਬਾ ਸਾਹਿਬ ਦੇ 131ਵੀਂ ਜਯੰਤੀ ਦੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਂ। ਹੁਣ ਜਿਹੜੀ ਤੁਸੀਂ ਇੱਕ ਸਵਾਲ ਕੀਤਾ ਹੈ ਵੀ ਜਿਹੜੀ ਬਾਬਾ ਸਾਹਿਬ ਦਾ ਇੱਕ ਸੁਪਨਾ ਸੀਗਾ ਵੀ ਛੂਆ ਛਾਤ ਜਿਹੜੀ ਦੂਰ ਹੋਏ, ਲੇਕਿਨ ਅਸੀਂ ਅੱਜ ਦੇਖਦੇ ਹਾਂ ਵੀ 73 ਸਾਲ ਦੇ ਬਾਅਦ ਵੀ ਉਹ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਨਹੀਂ ਹੋਈ। ਕਿਸੇ ਨੂੰ ਘੋੜੀ 'ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਕਿਸੇ ਨੂੰ ਮੁੱਛਾਂ ਰੱਖਣ 'ਤੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ, ਅਤੇ ਉਹ ਬਾਬਾ ਸਾਹਿਬ ਦਾ ਜਿਹੜਾ ਸੁਪਨਾ ਇਹ ਸੁਪਨਾ ਨਹੀਂ ਸੀਗਾ। ਬਾਬਾ ਸਾਹਿਬ ਦਾ ਸੁਪਨਾ ਸੀਗਾ ਸਮਾਜਿਕ ਬਰਾਬਰਤਾ, ਆਰਥਿਕ ਮੁਕਤੀ, ਰਾਜਨੀਤਿਕ ਬਰਾਬਰਤਾ। ਉਹ ਜਿਹੜਾ ਸੁਪਨਾ ਹਾਲੇ ਤੱਕ ਵੀ ਪੂਰਾ ਨਹੀਂ ਹੋਇਆ। ਔਰ ਜਿਹੜੀ ਇਹਦੇ ਵਿੱਚ ਜਿਹੜੀ ਸਾਰਿਆਂ ਨਾਲੋਂ ਵੱਡੀ ਗਲਤੀ ਹੈ, ਉਹ ਜਿਹੜੀ ਸਮੇਂ ਸਮੇਂ ਦੀ ਸਰਕਾਰਾਂ ਰਹੀਆਂ ਹੈ, ਇਹ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਉਹ ਲੋਕਾਂ ਦੇ ਵਿੱਚ ਜਿਹੜਾ ਅਵੇਅਰਨੈਸ ਲਿਆਉਂਦੇ, ਆਪਣੇ ਸਰਕਾਰਾਂ ਦੇ ਥਰੂ ਲਿਆਉਂਦੇ, ਲੇਕਿਨ ਉਹ ਜਿਹੜਾ ਕੰਮ ਉਹਨਾਂ ਨੇ ਹਾਲੇ ਤੱਕ ਪੂਰਾ ਨਹੀਂ ਹੋਇਆ। ਅੱਜ ਤੁਸੀਂ ਡਾਕਟਰ ਬੀ ਆਰ ਅੰਬੇਦਕਰ ਨੂੰ ਜਿਹੜਾ ਸ਼ਰਧਾਂਜਲੀ ਭੇਟ ਕਰਨ ਆਏ ਹੋ, ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀਗਾ ਕਿ ਸਾਨੂੰ ਸਾਰਿਆਂ ਨੂੰ ਛੂਆਛੂਤ ਤੋਂ ਦੂਰ ਰਹਿਣਾ ਚਾਹੀਦਾ, ਇੱਕ ਸੁਪਨਾ ਸੀ ਉਹਨਾਂ ਦਾ, ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਅੱਜ ਤੁਸੀਂ ਸ਼ਰਧਾਂਜਲੀ ਦੇਣ ਆਏ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਪਹਿਲਾਂ ਤਾਂ ਸਭ ਸੰਗਤ ਨੂੰ ਅੰਬੇਦਕਰ ਜੀ ਦੇ ਜਨਮਦਿਨ ਦੀ ਬਹੁਤ ਬਹੁਤ ਵਧਾਈ ਦਿੰਦੀ ਹਾਂ। ਜਿੱਦਾਂ ਕਿ ਉਹਨਾਂ ਨੇ ਆਪਣੇ ਸੰਵਿਧਾਨ ਵਿੱਚ ਆਹ ਲਿਖਿਆ ਸੀਗਾ ਕਿ ਸਾਰਿਆਂ ਨੂੰ ਇਕੁਅਲਿਟੀ ਦਿੱਤੀ ਜਾਏਗੀ, ਸਾਰਿਆਂ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਜਾਏ, ਪਰ ਇਹ ਗੱਲ ਬਿਲਕੁਲ ਵੀ ਅੱਜ ਕਲੀਅਰ ਹੁੰਦੀ ਨਹੀਂ ਦਿਖ ਰਹੀ ਹੈ ਪੂਰੀ ਤਰ੍ਹਾਂ ਵੀ। ਅੱਜ ਤੱਕ ਕਿਸੇ ਨੇ ਵੀ ਡਿਸਕ੍ਰਿਮੀਨੇਸ਼ਨ ਨੂੰ ਚੰਗੀ ਤਰ੍ਹਾਂ ਆਪਣੇ ਹੱਥੀਂ ਲਿਆ ਹੀ ਨਹੀਂ ਹੈਗਾ। ਸ਼ਡਿਊਲ ਕਾਸਟ, ਅਪਰ ਕਾਸਟ ਵਿੱਚ ਇੰਨਾ ਜ਼ਿਆਦਾ ਹੈਗਾ ਆ, ਮਾਹੌਲ ਖਰਾਬ ਹੈ ਕਿ ਤੁਸੀਂ ਦੇਖਦੇ ਹਾਂ ਜੇ ਦਲਿਤ ਜ਼ਿਮੀਂਦਾਰ ਦੇ ਘਰ ਦਾ ਪਾਣੀ ਵੀ ਪੀ ਲੈਂਦਾ, ਉਹਨਾਂ ਕਿੰਨਾ ਬੁਰਾ ਬਿਹੇਵ ਕਰਦੇ ਹਨ। ਇੱਥੋਂ ਤੱਕ ਕਿ ਜਿਹੜੇ ਰੂਲ ਹੈ, ਰੈਗੂਲੇਸ਼ਨ ਲਾਗੂ ਕੀਤੇ ਹਨ, ਉਹਨਾਂ ਨੂੰ ਵੀ ਜਿਹੜੀ ਪੁਲਿਸ ਵਾਲੇ ਹਨ, ਅਮੀਰ ਬੰਦੇ ਉਹਨਾਂ ਨੂੰ ਦਬਾ ਲੈਂਦੇ ਹਨ, ਅਤੇ ਦਲਿਤਾਂ ਦੇ ਹੱਕ ਵਿੱਚ ਕੋਈ ਗੱਲ ਨਹੀਂ ਹੁੰਦੀ। ਅਸੀਂ ਦੇਖਦੇ ਹਾਂ ਕਿ ਸਾਨੂੰ ਆਪ ਸਾਰਿਆਂ ਨੂੰ ਮਿਲ ਜੁਲ ਕੇ ਅੱਗੇ ਆਉਣਾ ਚਾਹੀਦਾ ਹੈ, ਤਾਂ ਉਹਨਾਂ ਦੇ ਰਾਈਟ ਰੈਗੂਲੇਸ਼ਨ ਲਈ ਪੂਰੀ ਤਰ੍ਹਾਂ ਐਫਰਟਸ ਕਰਨੇ ਚਾਹੀਦੇ ਹਨ। ਅਤੇ ਅਸੀਂ ਇਸ ਵੇਲੇ ਜਲੰਧਰ ਦੇ ਨਕੋਦਰ ਚੌਂਕ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਅਸੀਂ ਤੁਹਾਨੂੰ ਜਿੱਥੇ ਕਿ ਵੱਖ ਵੱਖ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਨੇ ਪਹੁੰਚ ਰਹੇ ਨੇ, ਡਾਕਟਰ ਬੀ ਆਰ ਅੰਬੇਦਕਰ ਦਾ ਜਿਹੜਾ 131ਵੀਂ ਅੰਬੇਦਕਰ ਜਯੰਤੀ ਮਨਾਈ ਜਾ ਰਹੀ ਹੈ, ਉਸ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਰਹੇ ਨੇ, ਅਤੇ ਤਸਵੀਰਾਂ ਅਸੀਂ ਤੁਹਾਨੂੰ ਜਲੰਧਰ ਸ਼ਹਿਰ ਦੀਆਂ ਦਿਖਾ ਰਹੇ ਹਾਂ।
कैमरा पर्सन विजय दनाल आंचल चड्डा पंजाबी बुलेटिन।